ਦਿਲਪ੍ਰੀਤ ਸਿੰਘ ਦਿਲਪ੍ਰੀਤ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ 22 ਸਾਲ ਕੀ ਵਾਕਿਆ ਕੀ ਹੋਇਆ ਤੁਹਾਡੇ ਨਾਲ ਤੁਸੀਂ ਅੱਜ ਸਿਵਲ ਹਸਪੀਟਲ ਪਹੁੰਚੇ ਹੋ ਹਾਂਜੀ ਆਪਣੇ ਹੀ ਕੋਠੀ ਦਾ ਮਸਲਾ ਹੈਗਾ ਆਪਣੀ ਦਾ ਉਹਦੇ ਉੱਤੇ ਹੀ ਚੱਕਰ ਉਹਦਾ ਚੱਲਦਾ ਵਿਆ ਆਪਾਂ ਖਰਚਾ ਕੀਤਾ ਵਿਆ ਜਿਹੜੇ ਮਕਾਨ ਮਾਲਕ ਆ ਉਹਨਾਂ ਨਾਲ ਰੌਲਾ ਹੈਗਾ ਉਹ ਅੱਜ ਗੁਰਮੀਤ ਕੌਰ ਕੈਨੇਡਾ ਤੋਂ ਆਈ ਉਹਨੇ ਬੰਦੇ ਲਿਆ ਕੇ 30-40 ਦੇ ਕਰੀਬ ਬੰਦੇ ਸੀ ਸਾਡੇ ਤੇ ਹਮਲਾ ਕਰਤਾ ਮਾਣਯੋਗ ਅਦਾਲਤ ਵੱਲੋਂ ਸਾਡੇ ਕੋਲ ਉਸ ਤੇ ਸਟੇਅ ਆਈ ਹੋਈ ਆ ਜੋ ਅਸੀਂ ਖਰਚਾ ਕੀਤਾ ਉਹਦੇ ਅਸੀਂ ਸਾਰੇ ਬਿੱਲ ਕੋਰਟ ਦੇ ਵਿੱਚ ਲਾਏ ਨੇ ਤੇ ਅੱਜ ਤਕਰੀਬਨ 10-11 ਵਜੇ ਸਾਡਾ ਗੇਟ ਖੜਕਿਆ ਪਹਿਲਾਂ ਤਾਂ 3-4 ਲੇਡੀਜ਼ ਆਈਆਂ ਮੁੜ ਕੇ ਉਹਦੇ ਪਿੱਛੋਂ ਬੰਦੇ ਆ ਗਏ ਬਹੁਤ ਬੰਦਿਆਂ ਨੇ ਸਾਡੇ ਉੱਤੇ ਆ ਕੇ ਇੱਟਾਂ ਰੋੜੇ ਚਲਾਏ ਫਿਰ ਉਹਨਾਂ ਨੇ ਸਾਡਾ ਕੰਧਾਂ ਟੱਪ ਕੇ ਤੇ ਸਾਡੇ ਘਰ ਦੇ ਵਿੱਚ ਦਾਖਲ ਹੋ ਗਏ ਉਹਨਾਂ ਨੇ ਤਾਲੇ ਤੁਲੇ ਤੋੜਤੇ ਤੇ ਅਸੀਂ ਵੀਡੀਓ ਵੀ ਵਿਖਾਈਆਂ ਤੁਹਾਨੂੰ ਵਿਖਾ ਸਕਦੇ ਹਾਂ ਜਿਹਦੇ 'ਚ ਉਹਨਾਂ ਕੋਲ ਡਾਂਗਾ ਸੀਗੀਆਂ ਅਤੇ 2-3 ਜਣਿਆਂ ਕੋਲ ਹਥਿਆਰ ਸੀਗੇ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਕਿੱਥੋਂ ਦੇ ਵਸਨੀਕ ਹੋ ਤੁਸੀਂ ਮੈਂ ਦਸਾਂ ਰੋਡ ਨਾਨਕਪੁਰਾ ਮਹੱਲਾ ਮੁੰਬਈ ਦੀ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲ ਅੰਦਾਜ਼ਾ 30-40 ਬੰਦੇ ਸੀ ਕਈਆਂ ਕੋਲ ਡਾਂਗਾ ਸੀਗੀਆਂ ਵਿੱਚੋਂ ਤੇਜ਼ਧਾਰ ਹਥਿਆਰ ਵੀ ਸੀਗਾ ਪਹਿਲਾਂ ਮੇਰੇ ਇੱਥੇ ਉਹਨਾਂ ਨੇ ਅੱਖ ਤੇ ਡਾਂਗ ਮਾਰੀ ਫਿਰ ਜਦੋਂ ਮੈਂ ਹੱਥ ਉਹਦਾ ਚੱਕਿਆ ਇੱਥੇ ਇੱਕ ਪਤਾ ਨਹੀਂ ਕੀ ਉਹਨਾਂ ਕੋਲ ਕੋਈ ਤੇਜ਼ਧਾਰ ਹਥਿਆਰ ਸੀ ਤੇ ਚੁਗੀ ਮਾਰੀ ਇੱਥੇ ਹੁਣ ਮੇਰੇ 3 ਟਾਂਕੇ ਆ ਜੀ ਤੇ ਫਿਰ ਮੇਰੇ ਮੰਮੇ ਨੂੰ ਪੈ ਗਈ ਅਸੀਂ ਐ ਸਾਰਾ ਪਰਿਵਾਰ ਸੀ ਸਾਡਾ ਇਹ ਘਰ ਖਾਲੀ ਕਰੋ ਜੀ ਤੇ ਪੈਸੇ ਲਾਏ ਅਸੀਂ ਉਹਨਾਂ ਤੋਂ ਪੈਸੇ ਲੈਣੇ ਆ ਮਾਣਯੋਗ ਅਦਾਲਤ ਉਹਨਾਂ ਸਾਡੇ ਕੋਲ ਸਟੇਅ ਹੋਇਆ ਹੋਇਆ ਬਾਈ ਜੀ ਕੀ ਨਾਮ ਹੈ ਤੁਹਾਡਾ ਗੁਰਤੇਜ ਸਿੰਘ ਦਿਲਪ੍ਰੀਤ ਦੇ ਕੀ ਲੱਗਦੇ ਤੁਸੀਂ ਦਿਲਪ੍ਰੀਤ ਦੇ ਡੈਡੀ ਤੇ ਬਾਪੂ ਜੀ ਜਿਸ ਟਾਈਮ ਤੁਹਾਡੇ ਲੜਕੇ ਨਾਲ ਔਰ ਤੁਹਾਡੇ ਘਰਦਿਆਂ ਨਾਲ ਜਿਹੜਾ ਵਾਕਿਆ ਹੋਇਆ ਤੁਸੀਂ ਉਸ ਟਾਈਮ ਕਿੱਥੇ ਮੌਜੂਦ ਸੀਗੇ ਮੈਂ ਹੈ ਨਹੀਂ ਸੀਗਾ ਜੀ ਉਹ ਮੌਕੇ ਤੇ ਜਦੋਂ ਮੈਂ ਆਇਆ ਤੇ ਉਪਰੋਂ ਤੇ ਇਹ ਆਏ ਡਾਂਗਾ ਸੁਣ ਕੇ ਮਾਰੇ ਗਏ ਜਾਂਦੇ ਸੀ ਬਹੁਤ ਜ਼ਿਆਦਾ 40-50 ਜਣੇ ਆ ਗਏ ਦਰਸ਼ਨ ਸਿੰਘ ਵਿੰਦਰ ਸਿੰਘ ਤੇ ਕਈ ਜਣੇ ਸੀ ਭਾਈ ਕਿਤੋਂ ਡਾਂਗਾ ਸੁਣ ਕੇ ਚਲਾਉਣ ਲੱਗ ਕੇ ਆ ਕੇ ਸੇਵਾ ਦਾ ਗੇਟ ਭੰਤਾ ਤਾਲੇ ਤੋੜ ਕੇ ਅੰਦਰ ਵੜ ਕੇ ਅੰਦਰ ਤਾਲਾ ਲੱਗਿਆ ਸੀ ਉਹ ਵੀ ਤੋੜਤਾ ਮਾਤਾ ਜੀ ਕੀ ਨਾਮ ਹੈ ਤੁਹਾਡਾ ਦਿਲਪ੍ਰੀਤ ਦੇ ਕੀ ਲੱਗਦੇ ਹੋ ਤੁਸੀਂ ਤੇ ਮਾਤਾ ਜੀ ਕੀ ਵਾਕਿਆ ਹੋਇਆ ਅੱਜ ਮੁੰਡਾ ਤੁਹਾਡਾ ਜਿਹੜਾ ਹਸਪੀਟਲ ਪਹੁੰਚਿਆ ਹੈ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਪਹੁੰਚੇ ਸਾਨੂੰ 50 ਬੰਦੇ ਮਾਰਨ ਆ ਗਏ ਵੀਰੇ ਸਾਨੂੰ ਪੁਲਿਸ ਜੀ 112 ਦੇ ਫੋਨ ਪਿਆ ਫੇਰ ਪੁਲਿਸ ਆਈ ਪੁਲਿਸ ਦੇ ਖੜਿਆ ਤੇ ਸਾਡਾ ਸਮਾਨ ਤੋੜ ਕੇ ਮੇਰੀ ਕਿਰਪਾਨ ਲਾ ਕੇ ਬਾਰੀ ਇਹਨਾਂ ਨੇ ਚਲਾ ਕੇ ਦੋ ਜਣੇ ਮੇਰੀ ਛਾਤੀ ਤੇ ਬਹਿ ਕੇ ਮੇਰੇ ਲੀੜੇ ਵੇਖੋ ਪਾੜ ਤੇ ਇਹਨਾਂ ਨੇ ਸਰ ਦੇ ਜਾਣਕਾਰੀ ਕੱਲ ਨਪੁਰਾ ਮੱਲਾ ਦਸਾਂਜ ਰੋਡ ਤੇ ਉੱਥੇ ਵਾਰਦਤ ਹੋਈ ਆ ਉਹਦੇ ਬਾਰੇ ਜਾਣਕਾਰੀ ਦਿਓ ਇਹ ਇਹਨਾਂ ਦੋਨਾਂ ਪਾਰਟੀਆਂ ਦਾ ਲੈਂਡ ਓਨਰ ਦਾ ਤੇ ਕਿਰਾਏਦਾਰ ਦਾ ਆਪਸ ਦੇ ਵਿੱਚ ਡਿਸਪਿਊਟ ਹੋਇਆ ਸੀ ਔਰ ਇਹਨਾਂ ਦੀ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਉਸ ਵਕਤ ਇਹਨਾਂ ਦਾ ਆਪਸ ਵਿੱਚ ਕੱਲ ਡਿਸਪਿਊਟ ਹੋਇਆ ਜਿਹਦੇ ਸੰਬੰਧ ਵਿੱਚ ਚਰਨਜੀਤ ਕੌਰ ਜਿਹੜੀ ਕਿਰਾਏਦਾਰ ਉਹ ਹੋਸਪਿਟਲ ਐਡਮਿਟ ਹੋਈ ਸੀ ਉਹਨਾਂ ਦੀ ਐਮਐਲਆਰ ਆਈਆਂ ਸੀਗੀਆਂ ਉਸ ਦੇ ਸੰਬੰਧ 'ਚ ਅਸੀਂ ਬਿਆਨ ਲਿਖ ਕੇ ਅਗਲੀ ਕਾਰਵਾਈ ਜਿਹੜੀ ਆ ਇਨਵੈਸਟੀਗੇਸ਼ਨ ਨੂੰ ਸ਼ੁਰੂ ਕਰ ਦਿੱਤੀ ਹੈ ਤੇ ਕੋਈ ਪਤਾ ਲੱਗੇ ਕੌਣ ਮੁੱਖ ਦੋਸ਼ੀ ਹੈ ਪਤਾ ਲੱਗੇ ਕੁਛ ਇਹ ਇੱਕ ਦੂਜੇ ਦੇ ਉੱਤੇ ਦੋਸ਼ ਲਗਾ ਰਹੇ ਨੇ ਜੀ ਇਹ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਵੈਰੀਫਾਈ ਕਰ ਲੈਂਦੇ ਹਾਂ ਕੌਣ ਹੈ ਜੀ ਉਸ 'ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਦੇ ਵਿੱਚ ਜੋ ਜੋ ਹਾਲਾਤ ਹੋਣਗੇ ਉਸ ਹਿਸਾਬ ਨਾਲ ਕਈ ਕਾਰਵਾਈ ਹੋਣੀ ਪਿਛਲੇ ਹੋਣਗੇ